ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਹਾਨੂੰ ਪਤਾ ਹੈ ਕਿ ਹਰਚਰਨ ਸਿੰਘ ਮੁੰਡਾ ਇੱਕ 17 ਸਾਲ ਦਾ ਮੁੰਡਾ ਜਿਹਦੀਆਂ 4 ਭੈਣਾਂ ਤੇ ਆਪਣੀ ਮਾਂ ਦੇ ਨਾਲ ਰਹਿੰਦਾ ਸੀ, ਸਿਰ ਤੇ ਬਾਪ ਨਹੀਂ ਸੀ। ਉਸ ਨੂੰ ਮਾਰ ਦਿੱਤਾ ਸੀ ਦੋਸਤੋ ਕੁੜੀ ਦੇ ਘਰਦਿਆਂ ਵੱਲੋਂ। ਕਸੂਰ ਸਿਰਫ ਇੰਨਾ ਸੀ ਉਹ ਕੁੜੀ ਦੇ ਨਾਲ ਗੱਲ ਕਰਦਾ ਸੀ, ਤੇ ਉਸ ਤੋਂ ਬਾਅਦ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਫੋਟੋਆਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਤੇ ਮਾਮਲਾ ਇੰਨਾ ਕੁ ਜ਼ਿਆਦਾ ਭੱਗ ਗਿਆ। ਪੂਰੇ ਪੰਜਾਬ ਦੇ ਵਿੱਚ ਥੂ ਥੂ ਹੋ ਰਹੀ ਹੈ ਉਸ ਕੁੜੀ ਦੇ ਪਰਿਵਾਰ ਦੀ ਕਿ ਮੁੰਡੇ ਨੂੰ ਸਮਝਾਇਆ ਜਾ ਸਕਦਾ ਸੀ, ਕੁੱਟਿਆ ਜਾ ਸਕਦਾ ਸੀ, ਪਰ ਮਾਰਨ ਦੀ ਕੀ ਲੋੜ ਸੀ, ਜਾਂ ਤਾਂ ਕੁੜੀ ਨੂੰ ਵੀ ਨਾਲ ਮਾਰ ਦਿੰਦੇ। ਤੁਹਾਨੂੰ ਦੱਸ ਦਈਏ ਦੋਸਤੋ, ਉੱਥੋਂ ਦੇ ਥਾਣੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਪੂਰੇ ਉੱਥੇ ਦੇ ਇਲਾਕਾ ਵਾਸੀ ਇਕੱਠੇ ਹੋ ਕੇ ਗਏ ਮੁੰਡੇ ਦੇ ਘਰਦਿਆਂ ਨੂੰ ਇਨਸਾਫ ਦਿਵਾਉਣ ਲਈ ਕਿ ਕੋਈ ਕਾਰਵਾਈ ਕੀਤੀ ਜਾਵੇ। ਜਦੋਂ ਥਾਣੇ ਦੇ ਵਿੱਚ ਗਏ ਤਾਂ ਉੱਥੇ ਥਾਣੇ ਦੇ ਵਿੱਚ ਇਕੱਠੇ ਹੋ ਕੇ ਲੋਕ ਬੈਠ ਗਏ ਤੇ ਕਿਹਾ ਜਾ ਰਿਹਾ ਵੀਡੀਓ ਦੇ ਵਿੱਚ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਜੇਕਰ ਇਹ ਚੱਕਣ ਵਾਲੇ ਹੋਣ 5 ਮਿੰਟ ਦੇ ਵਿੱਚ ਉਹਨਾਂ ਨੂੰ ਚੱਕ ਕੇ ਲੈ ਕੇ ਆ ਸਕਦੇ ਨੇ। ਜੇਕਰ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲ ਪਲ ਦੀ ਖਬਰ ਪਾਉਣ ਦੇ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਵੀ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਅਪਡੇਟ ਆਵੇ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਆਓ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਕੀ ਹੋਇਆ ਥਾਣੇ ਦੇ ਵਿੱਚ, ਤੁਸੀਂ ਆਪ ਹੀ ਦੇਖ ਲਵੋ। ਚੱਕਣਿਆਂ ਦੇ 5 ਮਿੰਟ ਨਹੀਂ ਚੱਕ ਲਿਆਉਣਾ, ਇਹ ਕਰਨਾ ਹੀ ਕੁਛ ਨਹੀਂ। ਚੱਕਣਿਆਂ ਦੇ 5 ਮਿੰਟ ਨਹੀਂ ਚੱਕ ਲਿਆਉਣਾ, ਇਹ ਕਰਨਾ ਹੀ ਕੁਛ ਨਹੀਂ। ਸਾਰੇ ਬੰਦੇ ਅੱਜ ਇਕੱਠੇ ਹੋਏ ਨੇ। ਜਿਹੜੀ ਮੰਦਭਾਗੀ ਘਟਨਾ ਆਪਣੇ ਪਿੰਡ ਮਨਰੀਆ 'ਚ ਵਰਤੀ ਸੀ ਅਤੇ ਹੁਣ ਆ ਕੇ ਇੱਥੇ ਜ਼ੋਰ ਜ਼ਾਰ ਪਾਇਆ ਅਤੇ ਤਾਂ ਹੁਣ ਪੁਲਿਸ ਗਈ ਹੈ ਮੁਜਰਾਂ ਨੂੰ ਫੜਨ। ਥੋੜ੍ਹਾ ਜਿਹਾ ਉੱਚੀ ਬੋਲ ਮੇਰੇ ਵੀਰ, ਉੱਚੀ ਬੋਲ ਲਈ ਮੈਂ। ਉਸ ਤੋਂ ਬਾਅਦ ਅਸੀਂ ਕੇਸਰਪੁਰ ਆ ਗਏ, ਉਹ ਪਿੱਛੇ ਵੇਖਿਆ ਸੀ ਮੁੰਡਾ ਜਿਹੜਾ ਉਹੀ ਚੱਲਦੇ ਮੋਟਰਸਾਈਕਲ ਤੇ, ਉਹਨੇ ਪਿੱਛੋਂ ਛਾਲ ਮਾਰ ਕੇ ਅਤੇ ਉਹ ਉਹਨਾਂ ਦੇ ਬੰਬੀ 'ਤੇ ਚਲੇ ਗਿਆ। ਰਾਹ ਥਾਣੀ ਖਾਲ ਜੀ ਬਣੀ ਆ ਉੱਥੇ ਬੱਟ ਜੀ, ਉਹਦੀ ਜਾ ਕੇ ਬੰਬੀ 'ਤੇ ਬਹਿ ਗਿਆ। ਅਸੀਂ ਅਰਜਨਪੁਰ ਆ ਗਏ ਫਿਰ ਦੁਬਾਰਾ ਲੱਪਰੀ ਦੇ ਘਰੇ, ਉੱਥੇ ਆਣ ਕੇ ਉਹ ਲੱਪਰੀ ਕਹਿੰਦਾ ਕਿ ਫੋਨ ਲਾ ਕੇ ਪੁੱਛਿਆ ਅਰਜਨ ਨੂੰ ਫੋਨ ਲਾਇਆ, ਫੋਨ ਅਰਜਨ ਦਾ ਬੰਦ ਆ ਰਿਹਾ ਸੀ, ਲਗਭਗ ਘੰਟਾ ਡੇਢ ਘੰਟਾ ਫੋਨ ਆਫ ਰਿਹਾ ਉਹਦਾ। ਫਿਰ ਅਸੀਂ ਲੱਪਰੀ ਮਤਲਬ ਕੁੜੀ ਦਾ ਨੰਬਰ ਲਿਆ, ਇੱਕ ਹੋਰ ਮੁੰਡਾ ਲੱਪਰੀ ਅਤੇ ਹੋਰ ਉੱਧਰ ਕੋਲ ਆਈਲੈਟਸ ਕਰ ਰਿਹਾ, ਉਹਦੇ ਕੋਲ ਅਸੀਂ ਰਾਤ ਨੂੰ ਫੋਨ ਲਾ ਕੇ ਉਹਦੇ ਕੋਲ ਨੰਬਰ ਲਿਆ, ਉਹਨੇ ਨੰਬਰ ਦਿੱਤਾ, ਅਸੀਂ ਕੁੜੀ ਨੂੰ ਫੋਨ ਕੀਤਾ, ਕੁੜੀ ਨੇ ਪਹਿਲੀ ਵਾਰ ਫੋਨ ਚੁੱਕਿਆ ਨਹੀਂ, ਦੂਜੀ ਵਾਰ ਚੁੱਕਿਆ। ਅਸੀਂ ਪੁੱਛਿਆ ਕਿ ਹਰਚਰਨ ਕਿੱਥੇ ਆ, ਕਹਿੰਦੀ ਮੇਰੇ ਕੋਲ ਆਇਆ ਹੀ ਨਹੀਂ। ਠੀਕ ਹੈ, ਅਤੇ ਤੁਸੀਂ ਛੇਤੀ ਆਣ ਕੇ ਅਤੇ ਤੁਸੀਂ ਲੱਭੋ ਉਹਨੂੰ, ਮੈਨੂੰ ਬਹੁਤ ਡਰ ਲੱਗ ਰਿਹਾ, ਕੁੜੀ ਨੇ ਇਹ ਗੱਲ ਆਖੀ। ਅਸੀਂ ਆਏ ਮੋਟਰਸਾਈਕਲ ਲੈ ਕੇ ਦੋਵੇਂ ਰਾਹ 'ਚ, ਫਿਰ ਕੁੜੀ ਦਾ ਫੋਨ ਆ ਗਿਆ 5 ਕੁ ਮਿੰਟ ਬਾਅਦ। ਕੁੜੀ ਕਹਿੰਦੀ ਕਿ ਵੀਰ ਜੀ ਉਹਦਾ ਫੋਨ ਆਇਆ ਸੀਗਾ ਮੈਨੂੰ, ਉਹ ਕਹਿੰਦਾ ਸੀ ਮੈਂ ਇੰਜਣ 'ਤੇ ਬਹਿ ਗਿਆ ਆਣ ਕੇ, ਅਤੇ ਅੱਗੇ ਮੈਂ ਕਦੋਂ ਆਵਾਂ, ਅਤੇ ਕਹਿੰਦੀ ਮੈਂ ਕਿਹਾ ਕਿ ਚੱਲ ਠੀਕ ਆ ਆ ਜਾ, ਮੈਂ ਬਾਹਰ ਖਲੋਤੀ ਹਾਂ। ਕਹਿੰਦੀ ਉਸ ਤੋਂ ਬਾਅਦ 'ਚ ਨਾ ਉਹਦਾ ਫੋਨ ਲੱਗਾ ਅਤੇ ਨਾ ਉਹ ਆਪ ਹੀ ਆਇਆ ਅੱਗੇ। ਫਿਰ ਇਹ ਸਾਨੂੰ ਵਾਰ ਵਾਰ ਕਹੀ ਜਾਵੇ ਕਿ ਤੁਸੀਂ ਛੇਤੀ ਆਓ, ਛੇਤੀ ਆਓ, ਛੇਤੀ ਆਓ। ਫਿਰ ਅਸੀਂ ਮੋਟਰਸਾਈਕਲ 'ਤੇ ਆਣ ਕੇ ਅਤੇ ਮੋਟਰਸਾਈਕਲ ਗੰਨੇ ਗੁੰਨੇ ਲਾ ਕੇ ਰੋਕ ਕੇ ਅਸੀਂ ਲਾਗੇ ਕੰਨਾ ਹੋਰ ਸੀਗਾ ਉੱਥੇ ਰੋਕ ਕੇ ਅਸੀਂ ਡੰਡਾ ਲੈ ਕੇ ਅਸੀਂ ਦੇਖਣ ਗਿਆ ਜਾਂਦੀ ਉਹ ਵਿਆਹ ਸੀਗਾ, ਉੱਥੇ ਸਾਨੂੰ ਕੋਈ ਨਹੀਂ ਮਿਲਿਆ। ਫਿਰ ਅਸੀਂ ਅਰਜਨਪੁਰ ਘਰ ਆ ਗਏ ਵਾਪਸ, ਘਰ ਆਣ ਕੇ ਸਾਰਿਆਂ ਨੂੰ ਮਤਲਬ ਅਸੀਂ ਵੇਖਿਆ ਉੱਥਿਆ ਸਾਰਾ ਕੁਝ ਕਰ ਕੁਰ ਕੇ, ਜਦੋਂ ਨਹੀਂ ਸਮਝ ਆਈ ਕੁਛ ਵੀ, ਫੋਨ ਔਨ ਹੋ ਗਿਆ ਉਹਦਾ, ਇੰਨੇ ਵਿੱਚ ਫੋਨ ਵੀ ਔਨ ਹੋ ਗਿਆ ਉਹਦਾ, ਅਤੇ ਫਿਰ ਫੋਨ ਰਿਸੀਵ ਨਹੀਂ ਕਰ ਰਿਹਾ ਸੀਗਾ ਕੋਈ ਵੀ, ਕਿਸੇ ਨੇ ਫੋਨ ਰਿਸੀਵ ਨਹੀਂ ਕੀਤਾ। ਫਿਰ ਅਸੀਂ ਲਗਭਗ ਘਰ ਫੋਨ ਕੀਤਾ ਹਰਚਰਨ ਦੇ, ਉਸ ਤੋਂ ਬਾਅਦ 'ਚ ਉਹਦੀ ਭੈਣ ਨਾਲ ਗੱਲ ਹੋਈ, ਦੀਦੀ ਨਾਲ ਗੱਲ ਹੋਈ, ਅਤੇ ਦੀਦੀ ਨੂੰ ਅਸੀਂ ਦੱਸਿਆ ਕਿ ਇੱਦਾਂ ਦਾ ਫੋਨ ਲੱਗ ਰਿਹਾ ਵਾ, ਲੇਕਿਨ ਉਹ ਫੋਨ ਨਹੀਂ ਚੁੱਕਿਆ ਗਿਆ, ਸ਼ਾਇਦ ਉਹ ਫੜਿਆ ਗਿਆ ਵਾ। ਅਤੇ ਦੀਦੀ ਕਹਿੰਦੇ ਕਿ ਫਿਰ ਹੁਣ ਕੀ ਕੀਤਾ ਜਾਵੇ, ਅਸੀਂ ਕਿਹਾ ਜੀਜਾ ਜੀ ਨੂੰ ਬੁਲਾਓ ਅਤੇ ਅਸੀਂ ਕੁਛ ਨਾ ਕੁਛ ਕਰਦੇ ਹਾਂ। ਵੱਡੇ ਜੀਜਾ ਜੀ ਕੁਲਵਿੰਦਰ ਸਿੰਘ ਜੀ ਉਹ ਤਰਾਈ ਗਏ ਹੋਏ ਸੀ, ਉਹ ਆਪਣੇ ਘਰ ਤਰਾਈ ਗਏ ਹੋਏ ਸੀ, ਉਹ ਆਉਂਦੇ ਉਹਨਾਂ ਨਾਲ ਗੱਲ ਹੋਈ ਜੀਜਾ ਜੀ ਨਾਲ, ਜੀਜਾ ਜੀ ਕਹਿੰਦੇ ਕਿ ਮੈਂ 6 ਵਜੇ ਤੋਂ ਪਹਿਲਾਂ ਨਹੀਂ ਆ ਸਕਦਾ, ਜੰਗਲ ਦਾ ਰਾਹ ਆ, ਨਹੀਂ ਨਿਕਲਣ ਦਿੰਦੇ। ਉਹ ਲਗਭਗ 6 ਵਜੇ ਤੋਂ ਬਾਅਦ 'ਚ ਫਿਰ ਟਾਂਡੇ ਆਏ, ਫਿਰ ਅਸੀਂ ਮੈਂ ਅਤੇ ਲੱਭਾਂ ਅਤੇ ਉਹ ਜੀਜਾ ਜੀ ਵੱਡੇ, ਅਸੀਂ ਪੂਰਾ ਮਤਲਬ ਆਪਣਾ ਇੱਥੇ ਗੱਲਬਾਤ ਕੀਤੀ ਕੀ ਆ। ਫਿਰ ਅਜੇ ਸਾਰੇ ਕਹਿੰਦਾ ਕਿ ਕੋਈ ਕਹਿੰਦਾ ਰਿਪੋਰਟ ਲਿਖਾਉਣੀ ਆ, ਕੋਈ ਕਹਿੰਦਾ ਅਸੀਂ ਲੋਕੇਸ਼ਨ ਕਢਾਉਣੀ ਸੀ ਵਿੱਚੋਂ, ਅਤੇ ਜੀਜਾ ਜੀ ਮੈਨੂੰ ਕਹਿੰਦੇ ਕਿ ਮੇਰੇ ਕੋਲ ਪੈਸਾ ਕੋਈ ਨਹੀਂ ਹੈਗਾ, ਆਪਾਂ ਘਰ ਚੱਲਦੇ ਹਾਂ ਅਤੇ ਘਰੋਂ ਪੈਸੇ ਲੈ ਕੇ ਆਉਂਦੇ। ਬਸ ਇਹੋ ਹੀ ਘਟਨਾ ਆ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ।